ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਫਤਿਹਵਾਸੀ ਦੇ ਵਿੱਚ। ਅਤੇ ਖੇਤ ਗੇੜਾ ਮਾਰਨ ਆਇਆ ਸੀਗਾ ਅਤੇ ਪਹਿਲਾਂ ਸਪਰੇਅ ਕਰੀ ਸੀ ਆਪਾਂ ਨੇ ਪਰਸੋਂ ਚੌਥੇ, ਅਤੇ ਪੌਰਨ ਅਤੇ 13045 ਦੀ ਸਪਰੇਅ ਕਰੀ ਹੈ ਵੀ ਉਹ ਦਾਣੇ 'ਤੇ ਸਾਫ਼ ਵਾਸਤੇ, ਅਤੇ ਵੀ ਥੋਥਾ ਨਹੀਂ ਪੈਂਦਾ ਪੱਲ 'ਚ। ਹੁਣ ਮਿਸਰਿਆ ਜੀ ਲਗਭਗ ਆ 222 ਵੀ ਆ ਬੱਚੇ, ਇਹ ਨਿਸਰਿਆ ਜੀ 30-86 ਵੀ ਲਗਭਗ ਨਿਸਰਿਆ ਜੀ, ਅਤੇ 1105 ਹਜੇ ਲਊਗੀ ਟਾਈਮ, ਉਹ ਹਜੇ ਕਬੋਲੇ ਜੇ ਹੈ, ਡੰਡੀ ਚੜ੍ਹੀ ਆ ਅਤੇ ਰੋਜ਼ ਵਾਲੇ ਆ ਰਹੇ ਨੇ, ਰੋਜ਼ਾਂ ਨੇ ਬਹੁਤ ਪਾ ਰੱਖਿਆ, ਡਾਰਾਂ ਹੀ ਨੇ। ਆਹ ਦੇਖੋ ਤੁਹਾਨੂੰ ਦਿਖਾਉਣਾ ਮੈਂ ਆਪਣਾ ਕੀ ਹਾਲ ਕਰਿਆ ਕਣਕ ਦਾ, ਦੇਖੋ ਬਈ ਪਰਸੋਂ ਜਮ੍ਹਾਂ ਵੀ ਨਹੀਂ ਸੀ ਇੱਥੇ, ਕੱਲ੍ਹ ਆਹ ਕਾ ਹਾਲ ਕਰਤਾ ਕਣਕ ਦਾ, ਇਹਨਾਂ ਤੋਂ ਦੇਖ ਲਓ ਕਣਕ ਐਵੇਂ ਸੀਗੀ ਆਹ ਹਾਲ ਕਰਕੇ। ਹੁਣ ਵਿੱਚ ਦੀ ਤਿੰਨ ਤਿੰਨ ਵਾਰ ਗੇੜਾ ਮਾਰਨਾ ਪੈਂਦਾ, ਚਾਰ ਚਾਰ ਵਾਰ ਵੀ ਕਿਤੇ ਆ ਨਾ ਜਾਣ। ਇੱਧਰ ਪਹਿਲਾਂ ਖਾ ਗਏ ਸੀਗੇ, ਚੱਲ ਉਹਦਾ ਤਾਂ ਕੋਈ ਦੁੱਖ ਨਹੀਂ, ਪਰ ਆਹ ਜਿਹੜਾ ਕੰਮ ਕਰਕੇ ਗਲਤ ਹੈ। ਇੱਥੋਂ ਪਹਿਲਾਂ ਖਾ ਵੀ ਗਏ ਸੀਗੇ, ਇੱਥੇ ਬਹਿ ਵੀ ਜਾਂਦੇ ਸੀ, ਚੱਲ ਉਹਦਾ ਕੋਈ ਦੁੱਖ ਨਹੀਂ ਹੈਗਾ, ਉਹਦਾ ਦੁਬਾਰੇ ਆ ਜਾਣਗੀਆਂ, ਪਰ ਉਹ ਜ਼ਿਆਦਾ ਨੁਕਸਾਨ ਕਰਗੇ, ਮਿੱਧੇ ਗਏ। ਅਤੇ ਆਹ ਫਿਰ ਇਹ 30-86 ਹੈ, ਇਹ ਵੀ ਹਜੇ ਨਿਸਰੂਗੀ ਲਊ ਟਾਈਮ, ਇੱਥੋਂ ਰਾਤਾਂ ਥੱਲੋਂ ਨਿਸਰਿਆ ਹੀ। ਅਤੇ ਆਹ 222 ਹੈ, ਗੁੱਲੀ ਡੰਡਾ ਲਗਭਗ ਐਤਕੀ ਆਪਾਂ ਖਤਮ ਹੀ ਕਰਤਾ ਜਮਾਂ, ਬਹੁਤ ਵਧੀਆ ਰਿਜ਼ਲਟ ਰਿਹਾ ਐਤਕੀ ਦਵਾਈ ਦਾ। ਦੇਖੋ ਕਣਕ ਹੁਣ ਨਿਕਲਣ ਲੱਗੀਆਂ ਨੇ ਧੁੱਪਾਂ, ਇੱਕ ਮਹੀਨਾ ਹੋ ਗਿਆ ਪਹਿਲਾਂ ਤਾਂ ਰੱਬ ਨੇ ਮੀਂਹ ਪਾਈ ਗਿਆ, ਬਸ ਫਿਰ ਵੀ ਖੈਰ ਬਚਤ ਰਹਿ ਗਈ। ਆਹ ਰਮੀ ਹੋਈ ਸੀ ਆਪਣੀ ਕਣਕ 4 ਕਿੱਲੇ, ਉੱਧਰ ਵੀ ਰਮਿਆ ਹੋਇਆ ਜੀ ਕੰਮ ਸੀਗਾ, ਹਜੇ ਤੱਕ ਵੀ ਗਿੱਲਾ ਪਿਆ, ਪਾਣੀ ਵੀ ਖੜ੍ਹਾ ਉੱਤੇ, ਆਹ ਦੁਬਾਰੇ ਮੀਂਹ ਪਿਆ ਜਿਹੜਾ। ਅਤੇ ਆਹ ਕਣਕਾਂ ਦੀ ਪੁਜੀਸ਼ਨ ਆਪਣੀ ਦੀ, ਬਸ ਬਣੇ ਰਹੋ, ਬਾਕੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ। ਹੈਲੋ ਵੀ ਮਿੱਤਰੋ, ਉਹ ਆ ਗਈ ਫੌਜ ਜਿਹੜੀ ਤੁਹਾਨੂੰ ਕਹਿੰਦਾ ਸੀ, ਟਾਈਮ 'ਤੇ ਆ ਗਿਆ ਮੈਂ ਖੇਤ, ਉਹ ਜਾਂਦੀ ਹੈ, ਦੇਖ ਗਈ ਹੋਊਗੀ ਵੀਡੀਓ 'ਚ, ਉਹ ਜਾਂਦੇ ਨੇ, ਬਸ ਆਹੀ ਹੈ ਇਹਨਾਂ ਦਾ, ਹੋਰ ਕੋਈ ਔਖਾ ਨਹੀਂ, ਬਸ ਜਿਹੜੀ ਮਿੱਤ ਜਾਂਦੇ ਨਾ ਉਹ ਦੁੱਖ ਦਿੰਦੀ ਹੈ, ਬਾਕੀ ਜਦੋਂ ਮਗਰ ਪੈਂਦੇ ਨੇ ਨਾ ਵੀ ਅਗਲਾ ਤਾਂ ਬਚਾਅ ਕਰਦਾ ਹੀ ਆ ਫਸਲ ਦਾ, ਫਿਰ ਇਹ ਵੀ ਕੀ ਕਰਨ ਵਿਚਾਰੇ, ਉਹ ਜਾਂਦੇ ਨੇ। ਦੇਖੋ